ਬਸ ਸਰਕਾਰ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਖੜਨ ਦੀਆਂ ਦੁਹਾਈਆਂ ਦਿੰਦੀ ਨਜ਼ਰ ਆ ਰਹੀ ਹੈ, ਪਰ ਦੂਸਰੇ ਪਾਸੇ ਅੱਜ ਵੀ ਰਸੂਖਦਾਰ ਪਰਿਵਾਰਾਂ ਵੱਲੋਂ ਗਰੀਬ ਪਰਿਵਾਰਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ। 2013 ਤੋਂ ਸਰ ਮੈਂ ਨੌਕਰੀ ਸਰ ਸੇਵਾਦਾਰੀ ਕਰ ਰਿਹਾ ਸਰ, 11 ਸਾਲ ਤੋਂ ਜਦੋਂ ਤੁਸੀਂ ਸਰ ਗੱਲਬਾਤ ਸਰ ਇਸ ਤਰ੍ਹਾਂ ਸਰ ਮੈਂ ਰੋਜ਼ ਦੀ ਤਰ੍ਹਾਂ ਸਰ ਡਿਊਟੀ ਆਪਣੀ ਕਰਕੇ ਸਰ ਸਵਾ 5 ਵਜੇ ਸਰ ਪੂਰੇ ਸਟਾਫ ਦੇ ਨਾਲ ਮੈਂ ਸਰ ਆਪਣੇ ਘਰੇ ਗਿਆ। ਘਰ ਜਾਣ ਤੋਂ ਬਾਅਦ ਸਰ 5:51 ਸਰ ਮੈਨੂੰ ਅਮਨ ਰਿਲੇਟਰ ਜੀ ਦਾ ਫੋਨ ਜਗਰਾਉਂ ਦੀ ਤਹਿਸੀਲ ਦੇ ਵਿੱਚ ਦੋ ਰੀਡਰਾਂ ਵੱਲੋਂ ਇੱਕ ਸੇਵਾਦਾਰ ਨਾਲ ਕੁੱਟਮਾਰ ਕੀਤੀ ਗਈ। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਜਗਰਾਉਂ ਤਹਿਸੀਲ ਦੇ ਵਿੱਚ ਦੋ ਰੀਡਰਾਂ ਵੱਲੋਂ ਇੱਕ ਸੇਵਾਦਾਰ ਗਰੀਬ ਸੇਵਾਦਾਰ ਨਾਲ ਕੁੱਟਮਾਰ ਕੀਤੀ ਗਈ। ਮੈਨੂੰ ਵਿਕਰਮ ਸਰ ਜੀ ਨੂੰ ਮਿਲਿਆ, ਇਹਨਾਂ ਨੂੰ ਮਿਲਿਆ ਮੈਂ, ਹੋਰ ਸਟਾਫ ਸੀਗਾ ਬੈਠਾ ਸਰ। ਮੈਂ ਕਿਹਾ ਸਰ ਕੀ ਹੁਕਮ? ਮੈਂ ਕਹਿੰਦੇ ਕੋਈ ਗੱਲ ਨਹੀਂ, ਤੂੰ ਇੱਥੇ ਬੈਠ, ਜੇ ਕੋਈ ਕੰਮ ਹੋਇਆ ਤੁਹਾਨੂੰ ਦੱਸਾਂਗੇ। ਮੈਂ ਕਿਹਾ ਸਰ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ, ਤਨਖਾਹ ਮਿਲਣੀ ਨਹੀਂ ਹੈਗੀ, ਮੈਂ ਦਫ਼ਤਰ ਆ ਗਿਆ, ਤੁਸੀਂ ਦਫ਼ਤਰ ਪੈਸੇ ਦਿਓ, ਮੈਂ ਦੁੱਧ ਲਿਆ ਦੂੰਗਾ। ਖਾਣ ਪੀਣ ਮੈਨੂੰ ਥੱਪੜ ਮਾਰਿਆ ਜੀ, ਇਹਨਾਂ ਤੋਂ ਡਰਾਮੇਬਾਜ਼ ਬੰਦਾ ਵਾਂ, ਤੂੰ ਹੱਥ ਜੋੜਨ ਲੱਗ ਜਾਂਦਾ ਵਾਂ, ਤੂੰ ਕੱਪੜੇ ਬਹੁਤ ਵਧੀਆ ਪਾਉਂਦਾ ਵਾਂ, ਤੂੰ ਸੇਵਾਦਾਰ ਖਰਾਬ ਕਰਦਾ ਵਾਂ, ਫਿਰ ਹੀ ਐਸੀ ਕਿਤੇ ਅਸੀਂ ਤੈਨੂੰ ਬਾਊਗਰੀ ਸਰ। ਇਹਨਾਂ ਨੇ ਮੈਨੂੰ ਕਾਫ਼ੀ ਕੁੱਟਿਆ ਸਰ, ਮੈਂ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ ਸਰ ਮੇਰਾ ਮੂੰਹ ਬੰਨ ਲਿਆ, ਮੈਨੂੰ ਕਹਿੰਦੇ ਵੀ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਇਹਨਾਂ ਨੇ, ਮੈਨੂੰ ਕਹਿੰਦੇ ਜੇ ਤੂੰ ਕਿਸੇ ਨੂੰ ਆਵਾਜ਼ ਕੱਢੀ ਤਾਂ ਫਿਰ ਤੂੰ ਆਪਣਾ ਹਿਸਾਬ ਲਾ ਲਿਆ। ਮੇਰੇ ਹਸਬੈਂਡ ਨੂੰ ਡਰਿੰਕ ਕਰਕੇ 2 ਬੰਦਿਆਂ ਨੇ ਕੁੱਟਿਆ, ਮਨਪ੍ਰੀਤ, ਅਮਨ। ਮੇਰੇ ਹਸਬੈਂਡ ਨੂੰ ਮੇਰੇ ਪ੍ਰਤੀ ਗਲਤ ਕਿਹਾ ਕਿ ਆਪਣੀ ਵਾਈਫ ਨੂੰ ਲਿਆਓ ਜੀ ਇੱਥੇ। ਜਦੋਂ ਤੁਸੀਂ ਬਹਿਸ ਕੀਤੀ ਉਦੋਂ ਵੀ ਗੁੱਸਾ ਪਾਈ ਹੋਏ? ਫੋਨ ਲੱਗੇ ਸੀ ਜੀ, ਸਾਰਿਆਂ ਨੇ ਵਿੱਚ ਪੈ ਕੇ ਹਟਾਤਾ। ਕਿੰਨੇ ਕੁ ਬੰਦੇ ਸੀ ਉਦੋਂ? ਉਦੋਂ 5-7 ਬੰਦੇ ਸੀ। ਬਸ ਸਰਕਾਰ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਖੜਨ ਦੀਆਂ ਦੁਹਾਈਆਂ ਦਿੰਦੀ ਨਜ਼ਰ ਆ ਰਹੀ ਹੈ, ਪਰ ਦੂਸਰੇ ਪਾਸੇ ਅੱਜ ਵੀ ਰਸੂਖਦਾਰ ਪਰਿਵਾਰਾਂ ਵੱਲੋਂ ਗਰੀਬ ਪਰਿਵਾਰਾਂ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਰਿਹਾ ਕਿ ਬੀਤੇ ਦਿਨੀ ਜਗਰਾਉਂ ਦੀ ਤਹਿਸੀਲ ਦੇ ਵਿੱਚ ਦੋ ਰੀਡਰਾਂ ਵੱਲੋਂ ਇੱਕ ਸੇਵਾਦਾਰ ਨਾਲ ਕੁੱਟਮਾਰ ਕੀਤੀ ਗਈ। ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਕਿ ਜਗਰਾਉਂ ਤਹਿਸੀਲ ਦੇ ਵਿੱਚ ਦੋ ਰੀਡਰਾਂ ਵੱਲੋਂ ਇੱਕ ਸੇਵਾਦਾਰ ਗਰੀਬ ਸੇਵਾਦਾਰ ਨਾਲ ਕੁੱਟਮਾਰ ਕੀਤੀ ਗਈ। ਪਰ ਜਨਾਬ ਗੱਲ ਇੱਥੇ ਨਹੀਂ ਰੁਕੀ, ਜਦੋਂ ਇਸ ਸੰਬੰਧੀ ਸਾਡੇ ਪੱਤਰਕਾਰ ਨੇ ਰੀਡਰ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਸੀਨੀਅਰ ਅਧਿਕਾਰੀਆਂ ਨੇ ਪੱਖ ਦੇਣ ਤੋਂ ਸਾਫ਼ ਰੋਕਿਆ ਹੈ। ਪਰ ਜਦੋਂ ਇਸ ਸੰਬੰਧੀ ਸਾਡੇ ਪੱਤਰਕਾਰ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਮਾਮਲਾ ਹੈ, ਅਸੀਂ ਕਿਸੇ ਨੂੰ ਵੀ ਪੱਤਰਕਾਰ ਜਾਂ ਕੈਮਰੇ ਅੱਗੇ ਪੱਖ ਦੇਣ ਤੋਂ ਮਨ੍ਹਾ ਨਹੀਂ ਕੀਤਾ। ਤਾਂ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਕੌਣ ਗਲਤ ਅਤੇ ਕੌਣ ਸਹੀ ਹੈ, ਅਤੇ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਕਿ ਜਿਹੜੀ ਸੂਬਾ ਸਰਕਾਰ ਗਰੀਬ ਪਰਿਵਾਰਾਂ ਦੇ ਹੱਕ ਵਿੱਚ ਖੜਨ ਦੇ ਨਾਅਰੇ ਲਾ ਰਹੀ ਹੈ ਕਿ ਗਰੀਬ ਸੇਵਾਦਾਰ ਨੂੰ ਇਨਸਾਫ ਮਿਲੇਗਾ ਜਾਂ ਇਸੇ ਤਰ੍ਹਾਂ ਹੀ ਰੀਡਰਾਂ ਤੋਂ ਮੁੜ ਮੁੜ ਕੇ ਕੁੱਟ ਖਾਂਦਾ ਰਹੂਗਾ। ਪਰ ਇੱਥੇ ਇੱਕ ਸੋਚਣ ਵਾਲੀ ਗੱਲ ਜ਼ਰੂਰ ਹੋ ਜਾਵੇਗੀ ਕਿ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਜਿਹੜੇ ਕੱਪੜੇ ਸੀ ਉਹਨਾਂ 'ਤੇ ਵੀ ਟਿੱਪਣੀਆਂ ਖੜੀਆਂ ਕੀਤੀਆਂ ਗਈਆਂ ਕਿ ਇਹ ਸੇਵਾਦਾਰ ਹੈ, ਇਹ ਇੰਨੇ ਵਧੀਆ ਕੱਪੜੇ ਪਾ ਕੇ ਇਸ ਤਹਿਸੀਲ ਵਿੱਚ ਕਿਉਂ ਆਉਂਦਾ। ਹੁਣ ਤੁਸੀਂ ਇੱਕ ਵਾਰ ਵੀਡੀਓ ਦੇਖ ਲਓ, ਸਾਡੇ ਪੱਤਰਕਾਰ ਸੋਹਣੀ ਸ਼ੇਰਪੁਰੀ ਦੀ ਵਿਸ਼ੇਸ਼ ਰਿਪੋਰਟ। ਅਮਨ ਸਰ ਕਿੱਥੇ ਆ ਗਿਆ? ਸਰ ਪੁਲ ਤੇ ਆ ਗਿਆ ਜੀ, ਆ ਗਿਆ ਸਮਾਨ ਲੈ ਕੇ ਆਏ ਖਾਲੀ ਸਰ ਪੈਸੇ ਨਹੀਂ ਹੈਗੇ ਸਰ ਮੇਰੇ ਕੋਲੇ, ਪੈਸੇ ਲੈ ਕੇ ਲੈ ਆ ਦੇਣਾ ਸਰ ਮੈਂ। ਤੂੰ ਗਿਆ ਕਿਹਨੂੰ ਦੱਸ ਕੇ ਸੀ? ਹਾਂਜੀ ਦੱਸ ਕੇ ਕਿਹਨੂੰ ਗਿਆ ਸੀ ਫਿਰ? ਮੈਂ ਜਨਾਬ ਤੁਹਾਨੂੰ ਮੈਸੇਜ ਤਾਂ ਕੀਤਾ ਸਰ, ਮੈਂ ਮੈਸੇਜ ਲਿਖਿਆ ਮੈਸੇਜ ਕਰਕੇ ਜਾਣਾ। ਹਾਂਜੀ
ਤੂੰ ਆ ਜਾ ਪਹਿਲਾਂ ਮੇਰੇ ਕੋਲ ਆ ਜਾ ਪਹਿਲਾਂ ਆ ਗਿਆ ਸਰ ਆ ਗਿਆ ਜੀ ਆ ਗਿਆ ਆ ਗਿਆ ਸਰ ਆ ਗਿਆ ਆ ਜਾ ਆ ਜਾ ਨਾਮ ਜੀ ਆਪਣਾ ਸਰ ਮੇਰਾ ਨਾਮ ਅਜੇ ਕੁਮਾਰ ਪੁੱਤਰ ਸ਼੍ਰੀ ਦੇਸਰਾਜ ਜੀ ਕਿੱਥੋਂ ਦੇ ਰਹਿਣ ਵਾਲੇ ਸਰ ਮੈਂ ਜਗਰਾਉਂ ਸ਼ਹਿਰ ਦਾ ਰਹਿਣ ਵਾਲਾ ਸਰ ਜੀ ਕੀ ਕੰਮ ਕਰ ਰਹੇ ਸਰ ਮੈਂ 2013 ਤੋਂ ਸਰ ਮੈਂ ਨੌਕਰੀ ਸਰ ਸੇਵਾਦਾਰੀ ਕਰ ਰਿਹਾ ਸਰ ਮੈਂ 11 ਸਾਲ ਤੋਂ ਦਫ਼ਤਰ ਤਹਿਸੀਲ ਦੇ ਵਿੱਚ ਸਰ ਕਿਹੜੇ ਦਫ਼ਤਰ ਜੀ ਸਰ ਦਫ਼ਤਰ ਤਹਿਸੀਲ ਵਿਖੇ ਸਰ ਜਗਰਾਉਂ ਜੀ ਕਿੰਨੇ ਟਾਈਮ ਸਰ ਤਕਰੀਬਨ ਸਰ 30 April 2013 ਸਰ ਮੈਂ ਨੌਕਰੀ ਮਿਲੀ ਹੈ ਜੀ ਸਰ ਮੈਂ 3 ਮਹੀਨੇ ਸਰ DC ਦਫ਼ਤਰ ਰਿਹਾ ਉਦੋਂ ਬਾਅਦ ਸਰ ਮੈਂ 9 ਮਹੀਨੇ ਸਰ 2013 ਸਰ ਮੈਂ ਇੱਥੇ ਆ ਗਿਆ ਸੀਗਾ ਉਦੋਂ ਬਾਅਦ ਸਰ ਇੱਥੇ ਹੀ ਕਰ ਰਿਹਾ ਜੋਬ ਸਰ ਜੀ ਅਤੇ ਕੀ ਗੱਲਬਾਤ ਹੋਈ ਸੀ ਜਿਹੜੀ ਤੁਹਾਡੀ ਸਰ ਗੱਲਬਾਤ ਸਰ ਇਸ ਤਰ੍ਹਾਂ ਸਰ ਮੈਂ ਰੋਜ਼ ਦੀ ਤਰ੍ਹਾਂ ਸਰ ਡਿਊਟੀ ਆਪਣੀ ਕਰਕੇ ਸਰ 5:15 ਸਰ ਪੂਰੇ ਸਟਾਫ ਦੇ ਨਾਲ ਮੈਂ ਸਰ ਆਪਣੇ ਘਰੇ ਗਿਆ ਘਰੇ ਜਾਣ ਤੋਂ ਬਾਅਦ ਸਰ 5:51 ਸਰ ਮੈਨੂੰ ਅਮਨ ਰਿਲੇਟਰ ਜੀ ਦਾ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਵੀ ਅਜੇ ਕੁਮਾਰ ਕਿੱਥੇ ਆ ਮੈਂ ਕਿਹਾ ਜੀ ਮੈਂ ਘਰੇ ਆ ਗਿਆ ਕਹਿੰਦੇ ਕਿਹਨੂੰ ਪੁੱਛ ਕੇ ਆਇਆ ਮੈਂ ਕਿਹਾ ਜੀ ਸਰ ਮੈਂ ਸਾਰੇ ਸਟਾਫ ਨਾਲ ਡਿਊਟੀ ਖਤਮ ਕਰਕੇ ਆਇਆ ਕਹਿੰਦੇ ਜੀ ਦਫ਼ਤਰ ਪਹੁੰਚੋ ਮੈਂ ਸਰ ਦਫ਼ਤਰ ਆ ਗਿਆ ਜੀ ਉਦੋਂ ਬਾਅਦ ਸਰ ਮੈਂ ਬਿਕਰਮ ਸਰ ਜੀ ਨੂੰ ਮਿਲਿਆ ਮੈਂ ਬਿਕਰਮ ਸਰ ਜੀ ਨੂੰ ਮਿਲਿਆ ਇਹਨਾਂ ਨੂੰ ਮਿਲਿਆ ਮੈਂ ਹੋਰ ਸਟਾਫ ਸੀਗਾ ਬੈਠਾ ਸਰ ਮੈਂ ਕਿਹਾ ਸਰ ਕੀ ਹੁਕਮ ਹੈ ਕਹਿੰਦੇ ਕੋਈ ਗੱਲ ਨਹੀਂ ਤੂੰ ਇੱਥੇ ਬੈਠ ਜੇ ਕੋਈ ਕੰਮ ਹੋਇਆ ਤੁਹਾਨੂੰ ਦੱਸਾਂਗੇ ਸਰ ਮੈਂ ਤਕਰੀਬਨ 7:15 ਤੱਕ ਇੱਥੇ ਰਿਹਾ ਜੀ ਉਦੋਂ ਬਾਅਦ ਸਰ ਮੈਂ ਅਮਨ ਸਰ ਨੂੰ ਕਿਹਾ ਮੈਂ ਕਿਹਾ ਹਾਂਜੀ ਸਰ ਮੈਂ ਜਾਵਾਂ ਜੀ ਕਹਿੰਦੇ ਕੋਈ ਨਹੀਂ ਤੂੰ 10 ਮਿੰਟ ਤੱਕ ਚਲੇ ਜਾਈ ਠੀਕ ਹੈ ਜੀ ਉਦੋਂ ਬਾਅਦ ਸਰ ਮੈਂ 10 ਮਿੰਟਾਂ ਬਾਅਦ ਇਹਨਾਂ ਦੇ ਵਟਸਐਪ 'ਤੇ ਮੈਸੇਜ ਕੀਤਾ ਮੈਂ ਕਿਹਾ ਸਰ ਕੀ ਹੁਕਮ ਹੈ ਜੀ ਇਹਨਾਂ ਸਰ ਮੈਸੇਜ ਸੀਨ ਕਰ ਲਿਆ ਬਟ ਕੋਈ ਰਿਪਲਾਈ ਨਹੀਂ ਕੀਤਾ ਸਰ ਮੈਂ ਘਰੇ ਜਾ ਚੁੱਕਿਆ ਸੀ ਉਦੋਂ ਬਾਅਦ ਮੈਂ ਘਰੇ ਚਲੇ ਗਿਆ ਉਸ ਤੋਂ ਬਾਅਦ ਘਰੇ ਜਾਣ ਤੋਂ ਬਾਅਦ ਸਰ ਇਹਨਾਂ ਨੇ ਮੈਨੂੰ ਫਿਰ ਬੈਕ ਕਾਲ ਕੀਤੀ ਉਸ ਤੋਂ ਬਾਅਦ ਸਰ ਮੇਰੇ ਕੋਲ ਰਿਕਾਰਡਿੰਗ ਹੈਗੀ ਸਰ ਰਿਕਾਰਡਿੰਗ ਵਿੱਚ ਸਰ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਵੀ ਦਫ਼ਤਰ ਆਇਆ ਦੁੱਧ ਦੇ ਪੈਕਟ ਲੈ ਕੇ ਮੈਂ ਕਿਹਾ ਸਰ ਵੀ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਸੇਵਾਦਾਰ ਬੰਦਾ ਮੈਨੂੰ ਤਨਖਾਹ ਨਹੀਂ ਮਿਲੀ ਹੈਗੀ ਰਿਕਾਰਡਿੰਗ ਦੇ ਵਿੱਚ ਦੁੱਧ ਦਾ ਜ਼ਿਕਰ ਤਾਂ ਨਹੀਂ ਕਰ ਰਹੇ ਦੁੱਧ ਦੇ ਪੈਕਟ ਨਹੀਂ ਦੁੱਧ ਦੇ ਪੈਕਟਾਂ ਦਾ ਜ਼ਿਕਰ ਕਰ ਰਹੇ ਸਰ ਦੁੱਧ ਦੇ ਪੈਕਟਾਂ ਦਾ ਜ਼ਿਕਰ ਕੀਤਾ ਸਰ ਮੇਰੇ ਕੋਲ ਰਿਕਾਰਡਿੰਗ ਹੈ ਜੀ ਦੁੱਧ ਦੇ ਪੈਕਟਾਂ ਦਾ ਜ਼ਿਕਰ ਕੀਤਾ ਇਹਨਾਂ ਨੇ ਸਰ ਇਹਨਾਂ ਨੇ ਕਿਹਾ ਵੀ ਨੈਬ ਸੀਲਾ ਸਾਹਿਬ ਬੈਠੇ ਆ ਚਾਹ ਬਣ ਰਹੀ ਦੁੱਧ ਦੇ ਪੈਕਟ ਲੈ ਕੇ ਆ ਮੈਂ ਕਿਹਾ ਸਰ ਵੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਤਨਖਾਹ ਮਿਲਣੀ ਨਹੀਂ ਹੈਗੀ ਮੈਂ ਦਫ਼ਤਰ ਆ ਗਿਆ ਤੁਸੀਂ ਦਫ਼ਤਰ ਪੈਸੇ ਦਿਓ ਮੈਂ ਦੁੱਧ ਲਿਆ ਦੂੰਗਾ ਕਹਿੰਦੇ ਤੁਸੀਂ ਦਫ਼ਤਰ ਪਹੁੰਚੋ ਇਹਨਾਂ ਨੇ ਮੈਨੂੰ ਗਾਲ ਕੱਢ ਕੇ ਬੁਲਾਇਆ ਜੀ ਅਮਨ ਜੀ ਨੇ ਉਹਦੀ ਸਰ ਰਿਕਾਰਡਿੰਗ ਹੈਗੀ ਮੇਰੇ ਕੋਲ ਸਰ ਮੈਂ ਦਫ਼ਤਰ ਆ ਗਿਆ ਸਾਈਕਲ ਮੈਂ ਸਟੈਂਡ 'ਤੇ ਲਗਾਇਆ ਅੰਦਰ ਸਰ ਉਦੋਂ ਬਾਅਦ ਮੈਂ ਰਜਿਸਟਰ ਰੂਮ 'ਚ ਚਲੇ ਗਿਆ ਜੀ ਰਜਿਸਟਰ ਰੂਮ ਦੇ ਵਿੱਚ ਮਨਪ੍ਰੀਤ ਅਤੇ ਅਮਨ ਜੀ ਬੈਠੇ ਸੀਗੇ ਇਹ ਸਰ ਸ਼ਰਾਬ ਪੀ ਰਹੇ ਸੀ ਦੋਨੇ ਜਾਣੇ ਇੱਕ ਬੰਦਾ ਹੋਰ ਅਮਨ ਸਰ ਰੀਡਰ SDM ਦਾ ਜੀ ਜਿਹੜਾ ਮਨਪ੍ਰੀਤ ਦਾ ਰਜਿਸਟਰੀ ਕਲਰਕ ਹੈ ਸਰ ਮੈਂ ਹੱਥ ਜੋੜ ਖੜਾ ਹੋ ਗਿਆ ਜੀ ਮੈਂ ਕਿਹਾ ਜੀ ਕੀ ਹੁਕਮ ਹੈ ਮਨਪ੍ਰੀਤ ਨੇ ਮੈਨੂੰ ਥੱਪੜ ਮਾਰਿਆ ਜੀ ਕਹਿੰਦਾ ਤੂੰ ਡਰਾਮੇਬਾਜ਼ ਬੰਦਾ ਵਾਂ ਤੂੰ ਹੱਥ ਜੋੜਨ ਲੱਗ ਜਾਂਦਾ ਵਾਂ ਤੂੰ ਕੱਪੜੇ ਬਹੁਤ ਵਧੀਆ ਪਾਉਂਦਾ ਵਾਂ ਤੂੰ ਸੇਵਾਦਾਰ ਖਰਾਬ ਕਰਦਾ ਵਾਂ ਤੇਰੀ ਐਸੀ ਕਿਤੇ ਅਸੀਂ ਤੈਨੂੰ ਬਾਊਗਰੀ ਸਿਖਾਉਂਦੇ ਹਾਂ ਸਰ ਮੈਨੂੰ ਉਹਨੇ ਕੁੱਟਣਾ ਸ਼ੁਰੂ ਕਰ ਦਿੱਤਾ ਉਦੋਂ ਬਾਅਦ ਸਰ ਮੇਰੀ ਪੈਂਟ ਦੇ ਵਿੱਚੋਂ ਸ਼ਰਟ ਮਨਪ੍ਰੀਤ ਨੇ ਮੇਰੀ ਪੈਂਟ 'ਚੋਂ ਸ਼ਰਟ ਬਾਹਰ ਕੱਢਤੀ ਤੈਨੂੰ ਬਾਊ ਬਣਾਉਂਦੇ ਹਾਂ ਤੂੰ ਬਾਊ ਬਣ ਕੇ ਆਉਂਦਾ ਇੱਥੇ ਤੂੰ ਵਧੀਆ ਕੱਪੜੇ ਪਾਉਂਦਾ ਤੈਨੂੰ ਸਿਖਾਉਂਦੇ ਹਾਂ ਤੇਰੀ ਸੇਵਾਦਾਰੀ ਕਿਵੇਂ ਸਿਖਾਉਂਦੇ ਤੈਨੂੰ ਸਰ ਇਹਨਾਂ ਨੇ ਮੈਨੂੰ ਕਾਫੀ ਕੁੱਟਿਆ ਸਰ ਮੈਂ ਚੀਕਾਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਰ ਮੇਰਾ ਮੂੰਹ ਬੰਨ ਲਿਆ ਮੈਨੂੰ ਕਹਿੰਦੇ ਵੀ ਅਤੇ ਮੇਰੇ ਮੂੰਹ 'ਤੇ ਹੱਥ ਰੱਖ ਲਿਆ ਇਹਨਾਂ ਨੇ ਮੈਨੂੰ ਕਹਿੰਦੇ ਜੇ ਤੂੰ ਕਿਸੇ ਨੂੰ ਆਵਾਜ਼ ਕੱਢੀ ਤਾਂ ਫਿਰ ਤੂੰ ਆਪਣਾ ਹਿਸਾਬ ਲਾ ਲਈ ਮੈਂ ਸਰ ਚੁੱਪ ਕਰ ਗਿਆ ਗਰੀਬ ਆਦਮੀ ਸਰ ਹੋਰ ਕਰ ਵੀ ਕੀ ਸਕਦਾ ਹੈ ਨਾ ਮੈਂ CCTV ਕੈਮਰੇ ਲੱਗੇ ਆ ਜਿੱਥੇ ਤੁਹਾਡੀ ਫੋਟੋ ਮਾਰੀ ਉੱਥੇ ਲੱਗੇ ਉੱਥੇ ਨਹੀਂ ਸਰ ਕੈਮਰੇ ਲੱਗੇ ਜਿੱਥੇ ਸਰ ਪਬਲਿਕ ਬੈਠਦੀ ਆ ਸਰ ਜਿੱਥੇ ਰਜਿਸਟਰੀਆਂ ਹੁੰਦੀ ਉੱਥੇ ਕੈਮਰੇ ਲੱਗੇ ਆ ਸਰ ਜੀ ਅਤੇ SDM ਜਾਂ ਹੋਰ ਕੋਈ ਅਧਿਕਾਰੀ ਇੱਥੇ ਸੀਗਾ ਜਦੋਂ ਤੁਹਾਡੀ ਫੋਟੋ ਮਾਰ ਹੋਈ ਸਰ ਉਹ ਉੱਪਰ ਸੀਗੇ ਇੱਥੇ ਥੱਲੇ ਕੋਈ ਨਹੀਂ ਸੀਗਾ ਉੱਪਰ ਸਰ ਨੈਬ ਸੀਲਾ ਸਾਹਿਬ ਸੀਗੇ ਠੀਕ ਹੈ ਉਹਨਾਂ ਨੂੰ ਪਤਾ ਇਸ ਵਾਕਿਆ ਦਾ ਸਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਲੜਾਈ ਝਗੜਾ ਹੋਇਆ ਵਾ 9:30 ਸਰ ਸਰ ਇਹਨਾਂ ਨੇ ਨੈਬ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਚਲੇ ਜਾ ਵਾਪਸ ਕੋਈ ਨਹੀਂ ਆਪਾਂ ਸਵੇਰੇ ਬਹਿ ਗੱਲ ਕਰਾਂਗੇ ਮੈਂ ਕਿਹਾ ਸਰ ਤੁਸੀਂ ਇਹਦਾ ਮਲਾਜਾ ਕਰਾਓ ਦਾਰੂ ਪੀਤੀ ਹੋਈ ਆ ਸੱਚ ਦਾ ਸੱਚ ਸਾਹਮਣੇ ਆ ਜਾਏਗਾ ਸਰ ਸ਼ਿਕਾਇਤ ਕਿੱਥੇ ਕੀਤੀ ਇਸ ਸੰਬੰਧੀ ਸਰ ਕਹਿ ਸਰ ਮੈਂ ਬੱਸ ਚੌਂਕੀ ਕੀਤੀ ਸਰ ਬੱਸ ਅੱਡੇ ਚੌਂਕੀ ਸਰ ਉਹਨਾਂ ਨੇ ਕੀ ਅੱਗੇ ਤੁਹਾਨੂੰ ਦਿੱਤਾ ਕੋਈ ਸਾਥ ਦਿੱਤਾ ਤੁਹਾਡਾ ਸਰ ਉਹਨਾਂ ਨੇ ਮੈਨੂੰ ਇੱਕ ਦੋ ਵਾਰੀ ਬੁਲਾਇਆ ਸਰ ਪਰ ਉਹਨਾਂ ਨੇ ਸਰ ਕੋਈ ਚੰਗਾ ਰਿਸਪੋਂਸ ਦਿਖਾਇਆ ਨਹੀਂ ਸਰ ਅਤੇ ਫਿਰ ਦਫ਼ਤਰ ਵਾਲੀ ਸਰ ਮੈਨੂੰ ਕਹਿ ਰਹੇ ਆ AD ਸਾਹਿਬ ਕੋਲ ਸਰ ਕੱਲ੍ਹ ਮੈਂ AD ਸਾਹਿਬ ਕੋਲ ਪੇਸ਼ ਹੋਇਆ ਸਰ ਮੈਂ ਸਰ AD ਸਾਹਿਬ ਨੇ
ਸਾਹਿਬ ਨੂੰ ਮਾਰ ਤਹਿਸੀਲਦਾਰ ਸਾਹਿਬ ਨੂੰ ਸ਼ਿਕਾਇਤ ਮੇਰੀ ਮਾਰਕ ਕੀਤੀ ਆ ਵੀ ਇੱਕ ਹਫ਼ਤੇ ਵਿੱਚ ਰਿਪੋਰਟ ਮੈਨੂੰ ਦਿਓ। ਹਾਂਜੀ ਬਿਲਕੁਲ ਸਰ, ਬਿਲਕੁਲ ਧਿਆਨ ਦੇ ਵਿੱਚ ਆ ਸਰ ਜੀ। ਜੀ ਜੀ ਸਰ, ਜੇਕਰ ਤੁਹਾਡਾ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਫਿਰ ਕੀ ਕਰੋਗੇ? ਸਰ ਮੇਰੀ ਤਾਂ ਬੇਨਤੀ ਇਹੀ ਹੈ ਸਰ ਵੀ ਸਰ ਮੇਰੇ ਨਾਲ ਮਾਰਕੁੱਟ ਕਿਉਂ ਕੀਤੀ ਗਈ, ਮੈਨੂੰ ਸਰ ਉਹਦਾ ਕਾਰਨ ਦੱਸ ਦੇਣ ਵੀ ਉਹ ਮਾਰਕੁੱਟ ਕਿਉਂ ਕੀਤੀ ਗਈ। ਸਰ ਮੈਂ ਚਲੋ ਮੰਨ ਲਓ ਡਿਊਟੀ 'ਚ ਮੈਂ ਕੁਤਾਹੀ ਵਰਤੀ, ਸਰ ਮੇਰੇ ਖਿਲਾਫ਼ ਕੋਈ ਲੀਗਲੀ ਕਾਰਵਾਈ ਕਰਦੇ, ਸਰ ਮੇਰੇ ਖਿਲਾਫ਼ ਕੋਈ ਸ਼ਿਕਾਇਤ ਕਰਦੇ, ਅਤੇ ਸਰ ਮਾਰਨ ਕੁੱਟਣ ਦਾ ਕੀ ਸੰਬੰਧ ਹੈ? ਦੂਜੀ ਗੱਲ ਇਹ ਹੈ ਵੀ ਸਰ ਸਰਕਾਰੀ ਦਫ਼ਤਰ 'ਚ ਆਪਾਂ ਸ਼ਰਾਬ ਪੀ ਸਕਦੇ ਹਾਂ ਬੈਠ ਕੇ? ਤੁਹਾਡੇ ਕੋਲ ਕੋਈ ਹੈ ਪ੍ਰੂਫ ਕਿ ਸ਼ਰਾਬ ਪੀ ਰਹੇ ਸੀ? ਸਰ ਮੇਰੇ ਕੋਲ ਇਸ ਗੱਲ ਦਾ ਕੋਈ ਪ੍ਰੂਫ ਨਹੀਂ ਹੈ ਸਰ। ਜੀ ਅਤੇ ਹੋਰ ਕੀ ਕਹਿਣਾ ਚਾਹੁੰਦੇ ਸਰ? ਪ੍ਰੂਫ ਤਾਂ ਸਰ ਤਾਂ ਹੀ ਆਉਂਦੇ ਨਾ ਸਰ ਜੇ ਉਦੋਂ ਅਰੈਸਟ ਹੁੰਦੇ ਜਾਂ ਉਦੋਂ ਫੜੇ ਜਾਂਦੇ, ਉਦੋਂ ਇਹਨਾਂ ਦਾ ਮੁਆਵਜ਼ਾ ਹੁੰਦਾ, ਉਹ ਤਾਂ ਸਰ ਫੇਰ ਹੀ ਟੈਸਟ ਹੁੰਦਾ ਨਾ ਫਿਰ ਇਹਨਾਂ ਦਾ। ਜੀ ਇੱਕ ਤੁਸੀਂ ਆਫ ਕੈਮਰਾ ਗੱਲ ਕਰ ਰਹੇ, ਤੁਹਾਡੀ ਮਿਸਿਜ ਵੀ ਤੁਹਾਡੇ ਨਾਲ ਸੀ? ਸਰ ਮਿਸਿਜ ਮੇਰੀ ਰਾਤ ਨੂੰ ਸਰ ਜਦੋਂ ਮੈਨੂੰ ਕੁੱਟਿਆ ਮਾਰਕੁੱਟ, ਮੈਂ ਘਰੇ ਚਲੇ ਗਿਆ, ਮੇਰਾ ਸਰ ਮੂੰਹ ਸੁੱਜਿਆ ਹੋਇਆ ਸੀਗਾ, ਘਰਦਿਆਂ ਨੇ ਮੈਨੂੰ ਪੁੱਛਿਆ ਕੀ ਹੋਇਆ, ਮੈਂ ਆਪਣਾ ਦੱਸਣਾ ਨਹੀਂ ਚਾਹ ਰਿਹਾ ਸੀਗਾ, ਮੇਰੀ ਸਰ ਬੇਟੀ ਦਾ ਵਿਆਹ ਰੱਖਿਆ, ਮੈਂ ਕਿਹਾ ਗਰੀਬ ਆਦਮੀ ਸਰ ਹੋਰ ਨਾ ਮੇਰੇ ਨਾਲ ਨਜਾਇਜ਼ ਧੱਕਾ ਹੋ ਜਾਵੇ, ਮੈਂ ਸਰ ਦੱਸਣਾ ਨਹੀਂ ਚਾਹ ਰਿਹਾ ਸੀ। ਘਰਦਿਆਂ ਨੂੰ ਸਰ ਪਤਾ ਲੱਗ ਗਿਆ, ਕਹਿੰਦੇ ਕੀ ਗੱਲ ਹੋ ਗਈ? ਸਰ ਮੈਂ ਅਤੇ ਮੇਰੀ ਮਿਸਿਜ ਦਫ਼ਤਰ ਆਏ, ਦਫ਼ਤਰ ਆਉਣ ਤੋਂ ਬਾਅਦ 9:30 ਸਰ ਇਹ ਸਰ ਦੋਨੇ ਉੱਥੇ ਮੌਜੂਦ ਸੀਗੇ। ਠੀਕ ਹੈ, ਮੇਰੀ ਮਿਸਿਜ ਨੇ ਕਿਹਾ ਵੀ ਸਾਨੂੰ ਇਨਸਾਫ ਦਿਓ ਜੀ, ਮਾਰਕੁੱਟ ਕਿਉਂ ਹੋਈ? ਉਸ ਤੋਂ ਬਾਅਦ ਅਮਨ ਜੀ ਕਹਿੰਦੇ ਵੀ ਪਹਿਲਾਂ ਤਾਂ ਮੈਂ ਮਾਰਿਆ ਨਹੀਂ, ਹੁਣ ਮਾਰੂੰਗਾ ਮੈਂ। ਇਹਨਾਂ ਨੇ ਸਰ ਫਿਰ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ, ਉਹ ਗਰੇਵਾਲ ਇਲੈਕਸ਼ਨ ਇੰਚਾਰਜ ਨੇ ਇਹਨਾਂ ਨੇ ਛੁੜਾਇਆ ਵਿੱਚ ਪੈ ਕੇ ਵੀ ਕੋਈ ਗੱਲ ਨਹੀਂ, ਆਪਾਂ ਮਾਰਕੁੱਟ ਨਹੀਂ ਕਰਨੀ ਹੈਗੀ। ਜੀ ਉਸ ਤੋਂ ਅੱਗੇ ਕੀ ਕੀਤਾ ਫਿਰ? ਉਸ ਤੋਂ ਅੱਗੇ ਸਰ ਨੈਬ ਸਾਹਿਬ ਥੱਲੇ ਉਤਰੇ ਰੋਡ ਸ਼ੋਰ ਸ਼ਰਾਬਾ ਸੁਣ ਕੇ, ਨੈਬ ਸਾਹਿਬ ਕਹਿੰਦੇ ਵੀ ਕੀ ਗੱਲ ਹੋ ਗਈ? ਮੈਂ ਕਿਹਾ ਸਰ ਮੈਨੂੰ ਉਹਨਾਂ ਨੇ ਕੁੱਟਿਆ ਸ਼ਰਾਬ ਪੀ ਕੇ, ਤੁਸੀਂ ਇਹਨਾਂ ਦਾ ਮੁਲਾਜ਼ਾ ਕਰਾ ਲਓ ਸਰ। ਮੈਂ ਕਿਹਾ ਮੈਨੂੰ ਇਹ ਧਮਕੀ ਦੇ ਰਹੇ ਵੀ ਤੇਰੇ 10,000 ਦੇ ਕੇ ਤੇਰੇ 'ਤੇ ਪਰਚਾ ਕਰਾ ਦਾਂਗੇ ਪੁਲਿਸ ਨੂੰ ਦੇ ਕੇ ਜਾਂ ਕਿਸੇ ਹੋਰ ਨੂੰ, ਅਫਸਰ ਨੂੰ ਦੇ ਕੇ ਇਲੈਕਸ਼ਨ ਚੱਲ ਰਿਹਾ, ਇਲੈਕਸ਼ਨ ਵਿੱਚ ਤੁਹਾਨੂੰ ਸਸਪੈਂਡ ਕਰਾ ਜਾਵਾਂਗੇ। ਇੱਕ ਪਾਸੇ ਦੇਖਿਆ ਜਾਂਦਾ ਕਿ ਆਮ ਆਦਮੀ ਸਰਕਾਰ ਗਰੀਬਾਂ ਦੇ ਹੱਕ ਵਿੱਚ, ਕੀ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ? ਸਰ ਮੈਨੂੰ ਤਾਂ ਪੂਰੀ ਉਮੀਦ ਹੈ ਸਰ, ਮੈਂ ਤਾਂ ਸਰ ਗੁਹਾਰ ਇਹੀ ਲਗਾ ਰਿਹਾ ਅਫਸਰਾਂ ਕੋਲੋਂ ਵੀ, ਸਰਕਾਰ ਕੋਲੋਂ ਵੀ ਉਮੀਦ ਹੈਗੀ ਸਰ, ਉਮੀਦ ਦੇ ਸੱਜੇ ਦੁਨੀਆ ਹੈਗੀ, ਬਾਕੀ ਦੇਖੋ ਸਰ, ਬਾਕੀ ਪਰਮਾਤਮਾ ਨੂੰ ਪਤਾ ਸਰ। ਐਸਡੀਐਮ ਸਾਹਿਬ ਤੁਹਾਨੂੰ ਮਿਲੇ? ਨਹੀਂ ਸਰ, ਐਸਡੀਐਮ ਸਾਹਿਬ ਮੈਨੂੰ ਮਿਲੇ ਨਹੀਂ, ਕਿਉਂਕਿ ਐਸਡੀਐਮ ਸਾਹਿਬ ਛੁੱਟੀ 'ਤੇ ਸਰ ਇੱਕ ਮਹੀਨੇ ਲਈ। ਸਰ ਉਹ ਕਰਨਦੀਪ ਸਿੰਘ ਦੀ ਕਿਸੇ ਪਰੇਲੂ ਪ੍ਰੋਬਲਮ ਆ ਸਰ ਉਹਨਾਂ ਦੇ ਘਰ ਕੋਈ, ਅਤੇ ਸਰ ਵਿਕਾਸ ਸਰ ਹੈਗੇ ਸਰ ਪੁੱਡਾ ਦੇ ਇੰਚਾਰਜ, ਸਰ ਉਹਨਾਂ ਦਾ ਕੋਈ ਇੰਚਾਰਜ ਹੈਗਾ, ਬਟ ਸਰ ਉਹਨਾਂ ਦਾ ਮੁਲਾਕਾਤ ਨਹੀਂ ਹੋਈ ਸਰ। ਸਰ ਮੈਂ ਈ ਡੀ ਸਾਹਿਬ ਨੂੰ ਮਿਲਿਆ ਸੀਗਾ ਸਰ, ਉਹਨਾਂ ਨੇ ਕਿਹਾ ਵੀ ਤੈਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਆਰਤੀ ਸਰ। ਤੁਸੀਂ ਕੀ? ਮੈਂ ਵਾਈਫ ਆਫ ਅਜੇ ਕੁਮਾਰ, ਜੋ ਤਹਿਸੀਲ ਸੇਵਾਦਾਰ ਪੀਅਨ ਐਜ ਏ 4th ਕਲਾਸ। ਮੇਰੇ ਹਸਬੈਂਡ ਨੂੰ ਡਰਿੰਕ ਕਰਕੇ ਦੋ ਬੰਦਿਆਂ ਨੇ ਕੁੱਟਿਆ, ਮਨਪ੍ਰੀਤ ਅਮਨ। ਉਸ ਤੋਂ ਬਾਅਦ ਮੇਰੇ ਹਸਬੈਂਡ ਘਰ ਗਏ ਹੈ, ਇਹਨਾਂ ਦਾ ਮੈਂ ਫੇਸ ਦੇਖ ਕੇ ਬੋਲੀ, ਮੈਂ ਕਿਹਾ ਹਾਂਜੀ ਕੀ ਗੱਲ ਹੋਈ ਹੈ? ਫਿਰ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਸਟੈਂਡ ਲਵਾਂਗੇ। ਮੈਂ ਆਈ ਆਫਿਸ 'ਚ, ਮੈਂ ਬੋਲ ਕੇ ਗਈ, ਉਹਨਾਂ ਨੇ ਫਿਰ ਕਿਹਾ ਜੀ ਅਸੀਂ ਮਾਰਿਆ ਨਹੀਂ। ਮੇਰੇ ਹਸਬੈਂਡ ਨੂੰ ਮੇਰੇ ਪ੍ਰਤੀ ਗਲਤ ਕਿਹਾ ਵੀ ਆਪਣੀ ਵਾਈਫ ਨੂੰ ਲਿਆਓ ਜੀ ਇੱਥੇ। ਹਾਂਜੀ, ਫਿਰ ਉਸ ਤੋਂ ਬਾਅਦ ਮੈਂ ਕਾਫੀ ਬੋਲ ਕੇ ਗਈ ਹਾਂ ਵੀ ਹੋਵੋਗੇ ਤੁਸੀਂ ਆਪਣੀ ਪੋਸਟ 'ਤੇ ਹੋਵੋਗੇ, ਅਸੀਂ ਸੇਵਾਦਾਰ ਹਾਂ, ਤੁਸੀਂ ਜੋ ਮਰਜ਼ੀ ਹੋਵੋਗੇ, ਬਟ ਮੈਂ ਕਿਹਾ ਅਸੀਂ ਸਾਡੀ ਰਿਸਪੈਕਟ, ਸਾਡੀ ਵੀ ਰਿਸਪੈਕਟ ਹੈ ਜੇ ਅਸੀਂ ਗਰੀਬ ਹਾਂ। ਮੈਂ ਕਿਹਾ ਮੇਰੇ ਹਸਬੈਂਡ ਨੂੰ ਅਗਰ ਕੁਛ ਹੋ ਗਿਆ, ਕੁੱਟਮਾਰ ਹੋਈ ਕੋਈ? ਹਾਂਜੀ, ਉਹਨਾਂ ਨੇ ਪਤਾ ਕਿਆ ਕਹਿੰਦੇ, ਹੁਣ ਮਾਰਾਂਗੇ। ਮੈਂ ਕਿਹਾ ਹੱਥ ਲਗਾ ਕੇ ਦਿਖਾਓ ਜੀ। ਤੁਸੀਂ ਕੋਈ ਰਿਕਾਰਡਿੰਗ ਕੀਤੀ ਹੈ ਕੋਈ? ਨਹੀਂ, ਮੈਂ ਰਿਕਾਰਡਿੰਗ ਨਹੀਂ ਕੀਤੀ, ਰਿਕਾਰਡਿੰਗ ਤੁਹਾਨੂੰ ਕੈਮਰੇ 'ਚ ਮਿਲ ਜੂਗੀ ਅੰਦਰ। ਜੋ ਤੁਸੀਂ ਬਹਿਸ ਕੀਤੀ ਉਦੋਂ ਵੀ ਗੁਰਤ ਪਾਈ ਹੋਏ ਆ? ਹੋਣ ਲੱਗੇ ਸੀ ਜੀ, ਸਾਰਿਆਂ ਨੇ ਵਿੱਚ ਪੈ ਕੇ ਹਟਾਤਾ। ਕਿੰਨੇ ਕੁ ਬੰਦੇ ਸੀ ਉਦੋਂ? ਉਦੋਂ 5-7 ਬੰਦੇ ਸੀਗੇ। ਕੌਣ ਕੌਣ ਸੀ ਪਤਾ? ਅਮਨ ਨੇ ਕਿਹਾ ਮੈਂ ਤਾਂ ਹੁਣ ਵੀ ਹੱਥ ਚੱਕੂੰਗਾ। ਜਦੋਂ ਮੈਂ ਕਿਹਾ ਵੀ ਤੁਸੀਂ ਚੱਕ ਕੇ ਦੇਖੋ ਫਿਰ ਦੇਖਿਓ ਮੈਂ ਕੀ ਕਰਦੀ, ਫਿਰ ਉਸ ਤੋਂ ਬਾਅਦ 5-6 ਜਣੇ ਨੇ, ਨੈਬ ਤਹਿਸੀਲਦਾਰ ਜੀ ਵੀ ਆ ਗਏ, ਉਹਨਾਂ ਨੇ ਹਟਾ ਕੇ ਸਾਨੂੰ ਘਰ ਭੇਜਤਾ। ਉਸ ਤੋਂ ਬਾਅਦ ਸਾਨੂੰ ਹੋਇਆ ਨਹੀਂ, ਅਸੀਂ ਕੱਲ੍ਹ ਨੂੰ ਕੋਈ ਗੱਲ ਹੋ ਗਈ ਵੀ ਅਸੀਂ ਸਟੈਂਡ ਲੈਣਾ ਹੀ ਲੈਣਾ ਇਸ ਗੱਲ 'ਤੇ। ਠੀਕ ਆ, ਹੁਣ ਤੁਸੀਂ ਫਿਰ ਕੀ ਕੀਤਾ ਉਸ ਤੋਂ ਬਾਅਦ? ਉਸ ਤੋਂ ਬਾਅਦ ਅਸੀਂ SP ਆਫਿਸ ਫੋਨ ਕੀਤਾ, ਉਹਨਾਂ ਦੀ ਟੀਮ ਆਈ,
ਜਿਹੜੇ ਦੋ ਬੰਦੇ ਸੀ ਉਹ ਅੰਦਰੋਂ ਗੇਟ ਨਹੀਂ ਖੋਲਦੇ, ਇਸ ਟਾਈਮ ਫਰਾਰ ਹੋ ਚੁੱਕੇ ਆ ਉਹ ਦੋਨੇ ਬੰਦੇ। ਠੀਕ, ਜੇ ਉਹ ਸਹੀ ਹੈ ਆ ਕੇ ਖੜਨ, ਅਸੀਂ ਖੜੇ ਹਾਂ, ਅਸੀਂ ਸਹੀ ਹਾਂ, ਔਰ ਅਸੀਂ ਮੇਰੇ ਹਸਬੈਂਡ ਨੂੰ ਇਨਸਾਫ਼ ਦਿੱਤਾ ਜਾਵੇ। ਠੀਕ ਹੈ ਜੀ। ਹੈਲੋ, ਹੈਲੋ, ਮੈਨੂੰ ਜੀ ਅਮਨਦੀਪ ਜੀ ਗੱਲ ਕਰ ਰਹੇ ਹੋ ਜੀ? ਜੀ ਬਾਈ ਜੀ, ਐਸ ਟੀਮ ਦੇ ਰੀਡਰ ਹੋ ਤੁਸੀਂ ਜੀ? ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਪੱਤਰਕਾਰ ਰਣਜੀਤ ਸਿੰਘ ਰਾਣਾ ਗੱਲ ਕਰ ਰਿਹਾ, ਰੰਗਲਾ ਪੰਜਾਬ ਰੇਡੀਓ ਟੀਵੀ ਤੋਂ ਜੀ। ਸਰ, ਇੱਕ ਤੁਹਾਡੀ ਸੇਵਾਦਾਰ ਦੀ ਤੁਸੀਂ ਕੁੱਟਮਾਰ ਕੀਤੀ ਅਜੇ ਰਾਤ? ਜੀ ਕੋਈ ਗੱਲ ਨਹੀਂ ਜੀ, ਐਲੀਗੇਸ਼ਨ ਲਾ ਰਹੇ ਬ੍ਰਦਰ ਉਹ ਜੀ, ਪਰ ਜੇ ਤੁਹਾਡੀ ਰਿਕਾਰਡਿੰਗ ਸੁਣੀ ਉਹਦੇ ਵਿੱਚ ਤਾਂ ਤੁਸੀਂ ਕੁੱਟਣ ਦੇ ਤਰੀਕੇ ਨੇ ਬੁਲਾ ਰਹੇ ਹੋ ਭਾਜੀ। ਨਹੀਂ 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 ਬਾਈ, ਕੱਲ੍ਹ ਨੂੰ ਅਸੀਂ ਤਾਂ ਜੀ ਉਹਨਾਂ ਨੂੰ 1:30 ਵਜੇ ਲਾਈ ਚੱਲੀ, ਮੈਂ ਇਕੱਲੇ ਨਾਲ ਨਹੀਂ, ਸਾਰੇ ਸੇਵਾਦਾਰ ਸਾਡੇ, ਅਸੀਂ ਨੋਮੀਨੇਸ਼ਨ ਲਾ ਦੇਣ ਸੀਗਾ ਜੀ ਬ੍ਰਦਰ ਉਧਰ ਨੂੰ। ਅੱਛਾ ਜੀ। ਸਾਡੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਸਾਰੇ ਦਫ਼ਤਰ 'ਚ, ਕਿਤੇ ਰਿਪੋਰਟ ਖਰਾਬ ਹੋ ਗਿਆ, ਕਿਤੇ ਕੁਛ ਭੇਜ ਦੀ, ਕੁਛ ਕਰ ਦਈਏ ਜੀ। ਬਾਈ ਜੀ, ਬਾਈ ਜੀ ਇੱਕ ਬੇਨਤੀ ਸੀ, ਤੁਹਾਨੂੰ ਲੱਗ ਰਿਹਾ ਵੀ ਕੰਮ 'ਚ ਉਹਦੀ ਕਦਾਹੀ ਹੈ, ਕਿਤੇ ਉਹਦੀ ਸੇਵਾਦਾਰ ਦੀ ਕੋਈ ਗਲਤੀ ਆ, ਤਾਂ ਤੁਹਾਡੇ ਤੋਂ ਸੀਨੀਅਰ ਅਫਸਰ ਬੈਠੇ ਤੁਸੀਂ ਸ਼ਿਕਾਇਤ ਕਰ ਸਕਦੇ ਉਹਨਾਂ ਦੀ? ਸਾਹਮਣੇ ਵੀ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਸੀ, ਉਹਦੀ ਸਾਨੂੰ ਪਤਾ ਲੱਗ ਗਿਆ ਸੀ। ਕਿਉਂ ਜੀ, ਇਹਦਾ ਤਾਂ ਮਤਲਬ ਨਹੀਂ ਜੀ, ਅਸੀਂ ਕਿਹੜਾ, ਬਿਲਕੁਲ ਇਦਾਂ ਦਾ ਗੱਲ ਨਹੀਂ ਜੀ ਕੋਈ ਜੀ। ਇਸ ਸੰਬੰਧੀ ਕੁਛ ਹੋਰ ਕਹਿਣਾ ਚਾਹੋਗੇ ਜੀ? ਰੀਡਰ ਸਾਹਿਬ, ਮੈਂ ਤੁਹਾਡੀ ਰਿਕਾਰਡਿੰਗ ਇਸੇ ਤਰ੍ਹਾਂ ਚੈਨਲ ਤੇ ਚਲਾਉਂਗਾ, ਇਸ ਸੰਬੰਧੀ ਕੁਛ ਹੋਰ ਕਹਿਣਾ ਚਾਹੋਗੇ? ਨਹੀਂ ਜੀ, ਐਲੀਗੇਸ਼ਨ ਕਰ ਰਹੇ ਜੀ, ਕੰਮ ਤੋਂ ਕੱਲ ਦਾ ਮਾਰਾ, ਹੋਰ ਵੈਸੇ ਕੋਈ ਗੱਲ ਨਹੀਂ ਹੈ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਰੀਡਰ ਸਾਹਿਬ, ਥੈਂਕ ਯੂ ਸੋ ਮਚ।